ਇਸ ਪਰਿਵਾਰ ਦੇ ਨਾਲ ਤਾਂ ਬਹੁਤ ਹੀ ਮਾੜਾ ਹੋ ਗਿਆ। ਪੂਰਾ ਪਰਿਵਾਰ, ਬੱਚੇ, ਬਜ਼ੁਰਗ ਸਾਰੇ ਜਣੇ ਸ਼ਹੀਦੀ ਜੋੜ ਮੇਲ ਦੇ ਵਿੱਚ ਸ਼ਾਮਲ ਹੋਣ ਦੇ ਲਈ ਗੁਰੂ ਘਰ ਗਏ ਸੀ, ਗੁਰੂ ਘਰ ਮੱਥਾ ਟੇਕ ਰਹੇ ਸੀ। ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜਦ ਉਹ ਵਾਪਸ ਮੁੜਨਗੇ ਤਾਂ ਉਹਨਾਂ ਨੂੰ ਐਡਾ ਵੱਡਾ ਝਟਕਾ ਲੱਗੇਗਾ। ਦਰਅਸਲ ਪੂਰਾ ਪਰਿਵਾਰ ਸ਼ਹੀਦੀ ਜੋੜ ਮੇਲ ਮੌਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀ ਤਾਂ ਪਿੱਛਿਓਂ ਘਰ ਦੇ ਫਰਿੱਜ ਦੇ ਵਿੱਚ ਸ਼ਾਰਟ ਸਰਕਟ ਹੋ ਜਾਂਦਾ ਹੈ, ਜਿਸ ਕਰਕੇ ਪੂਰੇ ਘਰ ਨੂੰ ਅੱਗ ਲੱਗ ਜਾਂਦੀ ਹੈ ਅਤੇ ਘਰ ਦੇ ਵਿੱਚ ਪਿਆ ਹੋਇਆ ਸਾਰਾ ਸਮਾਨ ਸੜ ਕੇ ਸਵਾਹ ਹੋ ਜਾਂਦਾ ਹੈ। ਘਰ ਦੇ ਹਾਲਾਤ ਤੁਸੀਂ ਪਹਿਲਾਂ ਦੇਖ ਹੀ ਸਕਦੇ ਹੋ ਕਿ ਪਹਿਲਾਂ ਤੋਂ ਹੀ ਮਾੜੇ ਸੀ ਅਤੇ ਹੁਣ ਇਹਨਾਂ ਨਿਮਾਣਿਆਂ 'ਤੇ ਹੋਰ ਵੱਡਾ ਬੋਝ ਪੈ ਗਿਆ, ਕਿਉਂਕਿ ਘਰ ਦੇ ਵਿੱਚ ਜੋ ਬੜੀ ਮਿਹਨਤ ਦੇ ਨਾਲ ਬਣਾਈਆਂ ਹੋਈਆਂ ਚੀਜ਼ਾਂ ਸੀਗੀਆਂ ਉਹ ਸੜ ਕੇ ਸਵਾਹ ਹੋ ਗਈਆਂ। ਹੁਣ ਇਸ ਪਰਿਵਾਰ ਦੀ ਕੋਈ ਇੰਸ਼ੋਰੈਂਸ ਵੀ ਨਹੀਂ ਸੀ ਕਿਸੇ ਚੀਜ਼ ਦੀ, ਜਿਸ ਕਰਕੇ ਸਾਰਾ ਨੁਕਸਾਨ ਇਹਨਾਂ ਨੂੰ ਆਪ ਹੀ ਝੱਲਣਾ ਪਵੇਗਾ। ਤਾਂ ਦੇਖ ਸਕਦੇ ਹੋ ਕਿਵੇਂ ਪਰਿਵਾਰਕ ਮੈਂਬਰ ਰੋ ਰਹੇ ਨੇ, ਕੁਰਲਾ ਰਹੇ ਨੇ ਅਤੇ ਲੋਕਾਂ ਦੇ ਅੱਗੇ ਗੁਹਾਰ ਲਗਾ ਰਹੇ ਨੇ ਕਿ ਉਹਨਾਂ ਦੀ ਮਦਦ ਕੀਤੀ ਜਾਵੇ, ਕਿਉਂਕਿ ਉਹਨਾਂ ਦੀ ਆਰਥਿਕ ਹਾਲਤ ਇੰਨੀ ਠੀਕ ਨਹੀਂ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਜੰਡਿਆਲਾ ਗੁਰੂ ਦੇ ਨਜ਼ਦੀਕ ਪੈਂਦੇ ਪਿੰਡ ਗੁੰਨੋਵਾਲ ਦੇ ਵਿੱਚ ਇਹ ਹਾਦਸਾ ਹੋਇਆ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਪਰਿਵਾਰ ਘਰ ਦੇ ਵਿੱਚ ਨਹੀਂ ਸੀ, ਪੂਰਾ ਪਰਿਵਾਰ ਬੱਚੇ ਬਜ਼ੁਰਗ ਗੁਰੂ ਘਰ ਮੱਥਾ ਟੇਕਣ ਗਏ ਹੋਏ ਸੀ ਤਾਂ ਪਿੱਛੋਂ ਇਹ ਹਾਦਸਾ ਹੋਇਆ। ਪੂਰਾ ਘਰ ਜਿਹੜਾ ਕਿ ਅੱਗ ਕਰਕੇ ਸੜ ਕੇ ਸਵਾਹ ਹੋ ਗਿਆ। ਬੜਾ ਮਿਹਨਤ ਕਸ਼ ਪਰਿਵਾਰ ਹੈ, ਮਿਹਨਤ ਕਰਕੇ ਰੋਜ਼ੀ ਰੋਟੀ ਆਪਣੀ ਕਮਾਉਂਦਾ ਹੈ, ਤਨਖਾਹ ਤਨਖਾਹ ਜੋੜ ਕੇ ਘਰ ਦਾ ਸਮਾਨ ਬਣਾਇਆ ਸੀ, ਫਰਿੱਜ ਲਿਆਂਦਾ ਸੀ, ਟੀਵੀ ਲਿਆਂਦਾ ਸੀ, ਪਰ ਸਾਰਾ ਕੁਝ ਹੁਣ ਸੜ ਕੇ ਸਵਾਹ ਹੋ ਚੁੱਕਾ ਹੈ। ਰਾਜਪਿੰਦਰ ਸਿੰਘ ਹਾਂ ਵੀ, ਕੀ ਗੱਲ ਹੋਈ ਆ ਭਾਜੀ? ਬੱਤੀ ਤੋਂ ਹੀ ਹੋ ਗਿਆ ਕੰਮ। ਕੀ ਹੋਇਆ? ਕਿ ਚਮੱਕਾ ਜਦੋਂ ਮਾਰਿਆ ਤਾਂ ਉਦੋਂ ਅੱਗ ਲੱਗ ਗਈ ਜੀ। ਤੇ ਘਰ 'ਚ ਕੋਈ ਹੈਗਾ ਜਦੋਂ ਅੱਗ ਲੱਗੀ? ਨਹੀਂ, ਗੁਰਦੁਆਰਾ ਸਾਹਿਬ ਗਏ, ਮੈਂ ਤੇ ਕੰਮ ਤੇ ਗਿਆ। ਅੱਛਾ, ਤੇ ਘਰ ਦੇ ਗੁਰਦੁਆਰਾ ਹੀ ਸਾਹਿਬ ਗਏ? ਕਾਫੀ ਹੋ ਗਿਆ ਭਾਜੀ, ਸਮਾਨ ਸਾਰਾ ਹੀ ਸੜ ਗਿਆ। ਕੀ ਮੰਗ ਕਰਦੇ? ਇਹੋ ਹੀ ਆ ਕਿ ਗਰੀਬ ਬੰਦੇ ਅਸੀਂ। ਠੰਡ ਦਾ ਮੌਸਮ ਆ, ਸਮਾਨ ਤੇ ਲਿਆ ਜਾਣਾ ਨੀ ਆ। ਹਾਂਜੀ, ਤੇ ਹੁਣ ਤੇ ਸਰਕਾਰ ਕੋਲ ਮੰਗ ਹੀ ਮੰਗਦੇ ਆ ਵੀ ਸਾਡੀ ਹੈਲਪ ਕੀਤੀ ਜਾਵੇ। ਇਹ ਨਾ ਵੀਰ ਆਪਣੇ ਇਹ ਗਰੀਬ ਪਰਿਵਾਰ ਹੈਗਾ ਵਾ ਅਤੇ ਆਹ ਤਿੰਨੇ ਬੱਚੀਆਂ ਇਹਨਾਂ ਦਾ ਅਤੇ ਆਹ ਪਰਿਵਾਰ ਆ, ਅਤੇ ਸਵੇਰੇ ਇਹਨਾਂ ਦੇ ਘਰ ਦੀ ਗਈ ਸੀ ਮੱਥਾ ਟੇਕਣ ਗੁਰਦੁਆਰਾ ਸਾਹਿਬ, ਅਤੇ ਲਾਈਟ ਰਾਤ ਦੀ ਬੰਦ ਸੀ ਅਤੇ ਵਿੱਚੋਂ ਆਈ ਜਦੋਂ ਸ਼ੋਰਟ ਸਰਕਟ ਹੋਇਆ ਨਾ ਅਤੇ ਫਰਿੱਜ ਨੂੰ ਲੱਗੀ ਅੱਗ, ਅਤੇ ਫਰਿੱਜ ਤੋਂ ਇਹਨਾਂ ਦਾ ਸਾਰਾ ਨੁਕਸਾਨ ਹੋ ਗਿਆ ਅਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ। ਗਰੀਬ ਪਰਿਵਾਰ ਆ, ਦੁਬਾਰਾ ਇਹ ਚੀਜ਼ਾਂ ਨਹੀਂ ਬਣਵਾ ਸਕਦੇ। ਕਿੰਨੇ ਕੁ ਵਜੇ ਦੀ ਗੱਲ ਹੈਗੀ? ਸਵੇਰੇ ਕਿੰਨੇ ਕੁ ਵਜੇ ਦੀ ਗੱਲ ਹੈ? ਰਾਤ 8 ਵਜੇ ਦੀ। ਕਿਸ ਤਰ੍ਹਾਂ ਬੁਝਾਈ? ਫਿਰ ਸਾਰਾ ਪਿੰਡ ਇਕੱਠਾ ਹੋ ਕੇ ਰੌਲਾ ਰੌਲਾ ਪਾ ਕੇ ਅਤੇ ਪਾਣੀ ਪੂਣੀ ਅਤੇ ਕੋਈ ਮਿੱਟੀ ਮੁੱਟੀ ਇੱਧਰੋਂ ਸੁੱਟ ਕੇ ਅਤੇ ਸਾਰੇ ਪਿੰਡ ਨੇ ਫਿਰ ਬੁਝਾਈ ਆ ਗਈ ਅਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਮੰਗ ਇਹੀ ਕਰਦੇ ਹਾਂ ਕਿ ਗਰੀਬ ਪਰਿਵਾਰ ਆ, ਇਹਨਾਂ ਕੋਲ ਦੁਬਾਰਾ ਇਹ ਚੀਜ਼ਾਂ ਨਹੀਂ ਬਣਨੀਆਂ ਅਤੇ ਅੱਥਰ ਹੋ ਗਏ ਆ, ਅਤੇ ਇਹਨਾਂ ਦੀ ਹੈਲਪ ਕੀਤੀ ਜਾਵੇ ਵੱਧ ਤੋਂ ਵੱਧ ਜਿੰਨੀ ਹੋ ਜੇ। ਸਿੰਘ ਜੀ, ਜਗਵੀਰ ਸਿੰਘ ਜੀ, ਕੀ ਗੱਲ ਹੋਈ ਹੈ ਤੁਹਾਡੇ? ਇਹ ਜੀ ਰਾਤ ਜੋ ਬੱਤੀ ਦੁਬਾਰਾ ਬੰਦ ਹੋ ਗਿਆ ਜੀ, ਅਤੇ ਇਹਨਾਂ ਦੇ ਅੱਗ ਲੱਗੀ ਹੈ ਅਤੇ ਹੈ ਨਹੀਂ ਕੰਮ 'ਤੇ ਗਏ ਸੀ ਅਤੇ ਘਰ ਦੇ ਇਹਨਾਂ ਗੁਰਦੁਆਰਾ ਸਾਹਿਬ ਗਏ।
ਤੇ ਮੁੜ ਕੇ ਬੁਝਾਈ ਆ, ਪਿੰਡ ਸਾਰੇ ਇਕੱਠੇ ਨਹੀਂ ਹੋ ਗਏ ਤੇ ਨੁਕਸਾਨ ਹੋ ਗਿਆ ਇਹਨਾਂ ਦਾ ਬਹੁਤ ਜ਼ਿਆਦਾ ਜੀ। ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਤੁਸੀਂ? ਪੋਹ ਨਹੀਂ ਪਰ ਕੀਤਾ ਨਹੀਂ, ਮੰਗ ਇਹਨਾਂ ਦੀ ਹੈਲਪ ਹੋਵੇ ਕਿ ਇਹਨਾਂ ਨੂੰ ਸਮਾਨ ਸਮੂਨ ਲੈ ਕੇ ਦਿੱਤਾ ਜਾਵੇ ਆ, ਇਹਨਾਂ ਦੇ ਬੱਚੇ ਆ ਨਿਕਲ ਗਏ, ਰਜਾਈਆਂ ਰਜੀਆਂ ਕੰਬਲ ਕੁੰਬਲ ਕੋਈ ਵੀ ਸਾਰਾ ਕੁਛ ਸੜ ਗਿਆ ਇਹਨਾਂ ਦਾ। ਕੋਈ ਨੁਕਸਾਨ ਜਾਨੀ ਤਾਂ ਨਹੀਂ ਹੋਇਆ? ਨਹੀਂ ਜੀ, ਜਾਨੀ ਨੁਕਸਾਨ ਨਹੀਂ ਹੋਇਆ।